ਪੇਸ਼ਤੂਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਡੇਨਿਕ ਸੂਰਾ ਟਾਈਮਸ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਚੱਲ ਰਹੇ ਸੰਘਰਸ਼ ਦੇ ਦੌਰ ਤੇ ਦੌਰਾਨ ਅੱਜ ਦਿੱਲੀ ਦੇ ਵਿੱਚ ਪੰਜਾਬ ਦੀਆਂ 29 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਦੋ ਮੰਤਰੀਆਂ ਦੇ ਨਾਲ ਹੋ ਰਹੀ ਆ ਸਾਡੇ ਨਾਲ ਇੱਥੇ ਸੁਖਚਿੰਦਰ ਰੰਦਾਵਾ ਜੀ ਨੇ ਪੰਜਾਬ ਦੇ ਕੈਬਨਿਟ ਮਨਿਸਟਰ ਨੇ ਮંત્રી ਸਾਹਿਬ ਲੱਗਦਾ ਹੈ ਦਿੱਲੀ ਦੇ ਵਿੱਚ ਹੁਣ ਮੀਟਿੰਗ ਤਾਂ ਹੋ ਰਹੀ ਆ ਕਿਸਾਨਾਂ ਨੂੰ ਇਨਸਾਫ ਮਿਲ ਸਕਦਾ ਨਿਕਮਾ ਤੇ ਹੁxymatrix ਗੱਲ ਅਸੀਂ ਦੇ ਪਹਿਲੇ ਦਿਨ ਤੋਂ ਹੀ ਚੀਫ ਮਿਨਿਸਟਰ ਸਾਹਿਬ ਨੇ ਉਹਨਾਂ ਨੂੰ ਲੈਟਰਸ ਲਿਖੀਆਂ ਸੀ ਕਿ ਜਸਟਿਸ ਦਿਓ ਪੰਜਾਬ ਦੇ ਕਿਸਾਨਾਂ ਦੀ ਬਾਹ ਫੜੋ ਤੇ ਮੇਰਾ ਖਿਆਲ ਹੈ ਕਿ ਅੱਜ ਕਿਸਾਨ ਜਿਹੜੇ ਗਏ ਨੇ ਉਥੇ ਜਿਹੜੇ ਤੇਨ ਮਿਨਿਸਟਰਜ਼ ਦੇ ਨਾਲ ਸੀਨੀਅਰ ਮਿਨਿਸਟਰਜ਼ ਦੇ ਨਾਲ ਮੀਟਿੰਗ ਚੱਲ ਰਹੀ ਆ ਤੇ ਉਹਦੇ ਤੋਂ ਚੰਗੇ ਰਿਜ਼ਲਟ ਆਉਣੇ ਚਾਹੀਦੇ ਤਾਂ ਕਿ ਇਕੱਲੇ ਪੰਜਾਬ ਦੇ ਕਿਸਾਨਾਂ ਦੀ ਆਪਾਂ ਗੱਲਾਂ ਕਰੀਏ ਪੂਰੇ ਹਿੰਦੁਸਤਾਨ ਦੇ ਕਿਸਾਨਾਂ ਦੀ ਇਹਦੇ ਨਾਲ ਜੁੜਿਆ ਜੇ ਅੱਜ ਕੋਈ ਡਿਸੀਜਨ ਹੁੰਦਾ ਕੱਲਾ ਪੰਜਾਬ ਲਈ ਨਹੀਂ ਹੋਣਾ ਪੂਰੇ ਹਿੰਦੁਸਤਾਨ ਲਈ ਹੋਣਾ ਪੂਰੇ ਭਾਰਤ ਲਈ ਹੋਣਾ ਤੇ ਇਸ ਕਰਕੇ ਸਾਰੇ ਕਿਸਾਨਾਂ ਨੂੰ ਇਹਦੇ ਵਿੱਚ ਆਪਣਾ ਦੇਖਣਾ ਪਣਾ ਔਰ ਜਿਸ ਤਰੀਕੇ ਦੇ ਨਾਲ ਆਪਾਂ ਅੱਜ ਤੱਕ ਚੱਲੇ ਆਂ ਔਰ ਜੋ ਗਵਰਨਮੈਂਟ ਆਫ ਇੰਡੀਆ ਨੇ ਅੜੀਲ ਜਿਹੜਾ ਆਪਣਾ ਐਟੀਟਿਊਡ ਦਿਖਾਇਆ ਸੀ ਮੇਰੇ ਖਿਆਲ ਕਾ ਅੱਜ ਉਹਦੇ ਚ ਕਮੀ ਆਉਣੀ ਚਾਹੀਦੀ ਹੈ ਉਹਨਾਂ ਨੂੰ ਆਪਣੀ ਹੋਮੀ ਛੱਡ ਕੇ ਆਪਣੀ ਈਗੋ ਛੱਡ ਕੇ ਜਿਹਨ ਦੋ ਸਤਾਨ ਲਈ ਜਿੱਥੇ ਲੋਕਾਂ ਨੇ ਵੋਟਾਂ ਪਾਈਆਂ ਉਹਨਾਂ ਦੀ ਸਪੋਰਟ ਲਈ ਉਹਨਾਂ ਦੇ ਬੈਨੀਫਿਟ ਲਈ ਸਾਨੂੰ ਇਹ ਕੋਈ ਜਿਹੜੀ ਡੈਮੋਕ੍ਰੇਸੀ ਦੇ ਵਿੱਚ ਜਿਹੜੇ ਵੋਟਰਾਂ ਪੈਂਦੀਆਂ ਇਹ ਪਬਲਿਕਲੀ ਪਬਲਿਕਲੀ ਸੇਵਾ ਕਰਨੀ ਹੁੰਦੀ ਹੈ ਸਾਨੂੰ ਪਬਲਿਕ ਸਰਵੰਟ ਕਿਹਾ ਜਾਂਦਾ ਹਾਕਮ ਨਹੀਂਗੇ ਅਸੀਂ ਤੇ ਸਾਨੂੰ ਹਾਕਮ ਵਾਲਾ ਰੁਈਆ ਛੱਡ ਕੇ ਪਬਲਿਕ ਸਰਵੰਟ ਵਾਲਾ ਸਾਨੂੰ ਇਹ ਆਪਣਾ ਐਟੀਟਿਊਡ ਰੱਖਣਾ ਚਾਹੀਦਾ ਉਨ ਦਵਸਾਂ ਮੈਂ ਪੰਜਾਬ ਦੇ ਕਿਸਾਨ ਇਸ ਕਰਕੇ ਕਿਹਾ ਕਿਉਂਕਿ ਬੀਜੇਪੀ ਕਹਿ ਰਹੀ ਹੈ ਕਿ ਬਿਹਾਰ ਦੇ ਵਿੱਚ ਅਸੀਂ ਜਿੱਤ ਲਿਆ ਬਿਹਾਰ ਮਧ ਪ੍ਰਦੇਸ਼ ਦੇ ਵਿੱਚ ਇਲੈਕਸ਼ਨ ਹੋਏ ਉੱਥੇ ਜਿੱਤ ਲਿਆ ਗੁਜਰਾਤ ਦੇ ਵਿੱਚ ਅਸੀਂ ਜਿੱਤ ਲਿਆ ਕਿਸਾਨ ਤਾਂ ਸਾਨੂੰ ਸਾਰੇ ਦੇਸ਼ ਚ ਮੰਡਟ ਦੇ ਰਹੇ ਨੇ ਪੰਜਾਬ ਦੇ ਕਿਸਾਨ ਹੀ ਹੈ ਜਿਨ੍ਹਾਂ ਨੂੰ ਆਬਜੈਕਸ਼ਨ ਹੈ ਵੇਖੋ ਇਹ ਇਲੈਕਸ਼ਨ ਹੋਣੀ ਹੋਰ ਗੱਲ ਹੈ ਤੁਸੀਂ ਜੋ ਕਿਸਾਨ ਬਿਲ ਆਏ ਨੇ ਇਹਨਾਂ ਦਾ 3 ਸਾਲ ਬਾਅਦ ਰਿਐਕਸ਼ਨ ਦੇਖੋ ਕੀ ਹੁੰਦਾ ਜਿਹੜੇ ਫਾਰਮਰਸ ਨੂੰ ਇਹਦੇ ਬਾਰੇ ਨਹੀਂ ਪਤਾ ਉਹਨਾਂ ਨੂੰ ਇਹ ਪੂਰੇ ਚੰਗੇ ਤਰੀਕਾ ਨਾਲ ਪੜਨੇ ਪੈਣਗੇ ਔਰ ਜਿਹੜੇ ਗਵਰਨਮੈਂਟ ਆਫ ਇੰਡੀਆ ਨੇ ਜਿਹੜੀ ਇੱਕ ਰੈਸਟ੍ਰਿਕਸ਼ਨਸ ਪੰਜਾਬ ਦੇ ਉੱਤੇ ਲਾਈਆਂ ਸੀ ਕਣਕ ਬੀਜੀ ਨੂੰ 30 ਦਿਨ ਤੋਂ ਉੱਪਰ ਟਾਈਮ ਹੋ ਗਿਆ ਪਾਣੀ ਲੱਗਣੇ ਸ਼ੁਰੂ ਹੋ ਗਏ ਨੇ ਜੋਰ ਗਿਆ ਪੰਜਾਬ ਚ ਐਨੀ ਉਹ ਕਹਿੰਦੇ ਕਿ ਸਾਨੂੰ ચીਫ ਮਿਨਿਸਟਰ ਪੰਜਾਬ ਸਿਕਿਉਰਿਟੀ ਦਾ ਜਿਹੜੀ ਹੈਗੀ ਹੈ ਰਿਸਪੌਂਸਿਬਿਲਟੀ ਲਵੇ ਮੈਂ ਪੁੱਛਣਾ ਚਾਹੁੰਦਾ ਕਿ ਤੁਹਾਡੀ ਰੇਲਵੇ ਪ੍ਰੋਟੈਕਸ਼ਨ ਫੋਰਸ ਆ ਅੱਜ ਤੱਕ ਤੁਸੀਂ ਖਰੀਦੀ ਮੰਗੀ ਤੁਹਾਡੀ ਜਨਰਲ ਰੇਲਵੇ ਪੁਲਿਸ ਹੈ ਕੋਈ ਐਕਸੀਡੈਂਟ ਹੁੰਦਾ ਕੋਈ ਇਨਸੀਡੈਂਟ ਹੁੰਦਾ ਉਥੇ ਪੰਜਾਬ ਪੁਲਿਸ ਜਾਂ ਸਟੇਟ ਪੁਲਿਸ ਦੇ ਪੁਲਿਸ ਸਟੇਸ਼ਨ ਚ ਐਫ ਆਈ ਆਰ ਨਹੀਂ ਹੁੰਦੀ ਉਥੇ ਐਫ ਆਈ ਆਰ ਹੁੰਦੀ ਹੈ ਰੇਲਵੇ ਪੁਲਿਸ ਵੱਲੋਂ ਪਹਿਲੀ ਗੱਲ ਤੇ ਉਹਨਾਂ ਨੂੰ ਆਪਣਾ ਜਿਹੜਾ ਕਨਸਟੀਟਿਊਸ਼ਨ ਪੜ੍ਹਨਾ ਚਾਹੀਦਾ ਆਪਣੇ ਰੂਲਸ ਐਂਡ ਰੈਗੂਲੇਸ਼ਨ ਪੜ੍ਹਨੇ ਚਾਹੀਦੇ ਗਵਰਨਮੈਂਟ ਆਫ ਇੰਡੀਆ ਨੂੰ ਤੇ ਨਾਲ ਹੀ ਮੈਂ ਪੁੱਛਣਾ ਚਾਹੁੰਦਾ ਕਿ ਜਿੱਥੇ ਨੈਕਸਲਾਈਟ ਜਿੱਥੇ ਜਿਹੜੀਆਂ ਸਟੇਟਸ ਨੇ ਉਥੇ ਕੀ ਗੱਲ ਉਹਨਾਂ ਦੇ ਚੀਫ ਮਿਨਿਸਟਰਸ ਨੇ ਇਹਨਾਂ ਨੂੰ ਸਕਿਉਰਿਟੀ ਬਾਰੇ ਕੋਈ ਐਫੀਡੇਵਿਟ ਦਿੱਤਾ ਚਲੋ ਸਾਨੂੰ ਤੇ ਲੈਟਰ ਕਹਿੰਦੇ ਆ ਉਹਨਾਂ ਦੇ ਜੇ ਡੈਕਸਲਾਈਟ ਸਟੇਟਸ ਨੇ ਉੱਥੇ ਜੇ ਟ੍ਰੇਨਾਂ ਚੱਲ ਸਕਦੀਆਂ ਤੇ ਪੰਜਾਬ ਇਨਾ ਪੀਸਫੁਲ ਏਰੀਆ ਹੈ ਮੇਰੇ ਖਿਆਲ ਇਹ ਜਿਹੜੀ ਪੰਜਾਬ ਦੀ ਕਿਸਾਨੀ ਨੂੰ ਤੇ ਪੰਜਾਬ ਦੀ ਜਵਾਨੀ ਨੂੰ ਗਵਰਨਮੈਂਟ ਆਫ ਇੰਡੀਆ ਬਰਬਾਦ ਕਰਨਾ ਚਾਹੁੰਦੀ ਹੈ ਕਿ ਇੱਛਾ ਸ਼ਕਤੀ ਦੀ ਕਮੀ ਹੈ ਟ੍ਰੇਨਾਂ ਚਲਾਉਣੀਆਂ ਹੁਣ ਤੱਕ ਕੇਂਦਰ ਸਰਕਾਰ ਚਲਾ ਸਕਦਾ ਲੇਕਿਨ ਇੱਛਾ ਨਹੀਂ ਰੱਖਦਾ ਟ੍ਰੇਨਾਂ ਚਲਾਉਣੀਆਂ ਇਹਨਾਂ ਦੇ ਹੱਥ ਵਿੱਚ ਸੀ ਪਰ ਮੈਂ ਨਾ ਮੰਨੂ ਵਾਲੀ ਗੱਲ ਜਿਹੜੀ ਮੈਂ ਪਹਿਲਾਂ ਹੀ ਕਹੀ ਆ ਕਹ ਹੰਕਾਰ ਆ ਗਿਆ ਜਿਹੜਾ ਹੰਕਾਰ ਜਦੋਂ ਆਉਂਦਾ ਉਦੋਂ ਦੇਸ਼ ਵੀ ਤੇ ਕੌਮਾਂ ਵੀ ਤਬਾਹ ਹੋ ਜਾਂਦੀਆਂ ਨੇ ਤੇ ਜਿਹੜਾ ਕਹਿੰਦੇ ਉਹਨਾਂ ਨੇ ਜੋ ਹੰਕਾਰ ਆ ਸੋ ਮਾਰਿਆ ਕਿ ਇਹ ਇਹਨਾਂ ਨੂੰ ਬੁੱਧੀ ਜਿਹੜੀ ਅਪ੍ਰਿਸ਼ਟ ਹੋ ਰਹੀ ਹੈ ਤੇ ਇਹਦੀ ਜਿਹੜੀਆਂ ਜਿੱਤਾਂ ਨੇ ਕਿਸੇ ਟਾਈਮ ਤੇ ਕਿੰਨੇ 100 ਸਾਲ ਮੁਗਲ ਰਾਜ ਕਰਕੇ ਅੰਗਰੇਜ਼ ਕਰਕੇ ਹੋਰ ਕਰਕੇ ਤੇ ਅੱਜ ਕਿੱਥੇ ਔਰ ਕੋਈ ਉਹਨਾਂ ਦੀ ਜਾਣਦੇ ਨਹੀਂ ਔਰੰਗਜੀਬ ਨੇ ਕਿੰਨਾ ਤਸ਼ੱਦਦ ਕੀਤਾ ਆਜੂ ਦਾ ਨਾਮੋ ਨਿਸ਼ਾਨ ਖਤਮ ਹੋ ਗਿਆ ਤੇ ਇਸ ਲਈ ਕਦੀ ਵੀ ਇਹੋ ਜੀ ਚੀਜ਼ ਹੰਕਾਰ ਚ ਨਹੀਂ ਕਰਨੀ ਚਾਹੀਦੀ ਅੰਦਾਵਾ ਸਾਹਿਬ ਗਰਦਾਸਪੁਰ ਤੋਂ ਐਮਪੀ ਨੇ ਸਨੀ ਦਿਵਲ ਬੜੀਆਂ ਸੈਲਫੀਆਂ ਖਿਚਾ ਕੇ ਲੋਕਾਂ ਨੇ ਕਲੀਅਰ ਮੰਡੇਟ ਦਿੱਤਾ ਦਿੱਲੀ ਭੇਜਿਆ ਲੇਕਿਨ 5 ਮਹੀਨੇ ਬੋਲੇ ਨਹੀਂ ਹੁਣ ਬੋਲੇ ਆ ਤਾਂ ਉਹਨਾਂ ਨੇ ਸਿੱਧੀ ਸਲਾਹ ਦਿੱਤੀ ਕੈਪਟਨ ਸਾਹਿਬ ਨੂੰ ਕਿਵੇਂ ਦੇਖਦੇ ਹੋ ਵੇਖੋ ਮੇਰੇ ਖੜ ਕੇ ਜਿਹੜੇ ਇਹੋ ਜੇ ਹੁੰਦੇ ਆ ਜਿਨ੍ਹਾਂ ਦਾ ਗਰਾਊਂਡ ਰਿਐਲਿਟੀ ਜਾਂ ਗਰਾਊਂਡ ਦੇ ਨਾਲ ਜਿਹੜੇ ਨਹੀਂ ਜੁੜੇ ਹੁੰਦੇ ਉਹਨਾਂ ਕੋਲ ਸਿਰਫ SLAਵਾ ਹੁੰਦੀਆਂ ਨੇ ਤੇ ਮੇਰੇ ਖਿਆਲ ਕਿ ਜੋ ਉਹਨਾਂ ਨੂੰ ਕੋਈ ਕਿਹਾ ਜਾਂਦਾ ਤੇ ਉਹਦਾਂ ਹੀ ਬੋਲਦੇ ਨੇ ਉਹਨਾਂ ਦੇ ਆਪਣਾ ਆਈਕਿਊ ਨਹੀਂ ਹੁੰਦਾ ਡਾਇਲੌਗ ਬੋਲਦੇ ਨੇ ਉਹ ਡਾਇਰੈਕਟਰ ਦਿੰਦਾ ਤੇ ਜੇ ਕੋਈ ਹੋਰ ਗੱਲ ਕਰ ਰਿਹਾ ਇਹਨਾਂ ਦਾ ਡਾਇਰੈਕਸ਼ਨ ਕਿਤੇ ਹੋਰ ਆਉਂਦੀ ਹੈ ਇਹਨਾਂ ਨੇ ਉਹ ਹੀ ਡਾਇਲੌਗ ਬੋਲ ਲੈਣਾ ਜਿਹੜਾ ਇਹਨਾਂ ਨੇ ਬਹੁਤ ਕਿਹਾ ਕਿ ਜੇ 2.5 ਕਿਲੋ ਦਾ ਹੱਥ ਹੈ ਤੇ ਇੱਕ ਕਿਸਾਨ ਵਾਲੀ ਖੜਾ ਹੋਣਾ ਚਾਹੀਦਾ ਸੀ ਇਹਨਾਂ ਦੀ ਇਹਨਾਂ ਨੇ 2.5 ਕਿਲੋ ਦਾ ਹੱਥ ਕਿਸਾਨ ਦੀ ਪਿੱਠ ਤੇ ਮਾਰਿਆ ਵੋਟਾਂ ਲਈਆਂ ਮੈਂ ਪੰਜਾਬੀ ਹਾਂ ਮੈਂ ਪੰਜਾਬ ਦਾ ਪੁੱਤ ਹਾਂ ਮੈਂ ਪੰਜਾਬੀ ਮੇਰੇ ਜੋ ਖੂਨ ਆ ਤੇ ਮੇਰੇ ਖਲ ਉਹ ਸਾਰੀਆਂ ਚੀਜ਼ਾਂ ਹੀ ਖਤਮ ਹੋ ਗਈਆਂ ਪਾਰਲੀਮੈਂਟ ਤੋਂ ਬਾਅਦ ਨਾ ਐਮਪੀ ਸਾਹਿਬ ਕਿਸੇ ਏਰੀਆ ਚਾਏ ਨਹੀਂ ਨਾ ਕਿਸੇ ਨੂੰ ਮਿਲਦੀ ਕੋਸ਼ਿਸ਼ ਕੀਤੀ ਆ ਜਿਹੜੇ ਜਿਹੜੇ ਵੀ ਇਹਨਾਂ ਨੇ ਆਪਣੇ ਪੀਏ ਕੇ ਪਰਣੀ ਕੀ ਕੀ ਰਿਪ੍ਰੈਜ਼ੈਂਟੇਟਿਵ ਲਾਇਆ ਉਹ ਵੀ ਇਹਨਾਂ ਨੂੰ ਛੱਡ ਕੇ ਤੋੜ ਗਏ ਨੇ ਕਿਉਂਕਿ ਆਮ ਪਬਲਿਕ ਨੂੰ ਮਿਲਣਾ ਤੇ ਬਹੁਤ ਦੂਰ ਦੀ ਗੱਲ ਹੈ ਇਹ ਆਪਣੇ ਰਿਪ੍ਰੈਜ਼ੈਂਟੇਟਿਵ ਜਿਹੜੇ ਦੋ ਲਾਇਏ ਸੀ ਇੱਕ ਅਲ ਸਿੱਧੂ ਕੋਈ ਬੋਲਦਾ ਫਿਰਦਾ ਦੀਪ ਸਿੱਧੂ ਕੇ ਕੌਣ ਆ ਉਹ ਲਾਇਆ ਸੀ ਇੱਕ ਹੋਰ ਲਾਇਆ ਸੀ ਅੱਜਕੱਲ ਉਹਨਾਂ ਦੇ ਖਿਲਾਫ ਬੋਲਦੇ ਉਹਨਾਂ ਦੇ ਖਿਲਾਫ ਬੋਲਦਾ ਜਿਸ ਬੰਦੇ ਦਾ ਪੀਏ ਜਾਂ ਉਹਦਾ ਰਿਪ੍ਰেজੈਂਟੇਟਿਵ ਵੀ ਉਹਦੇ ਅਗੇਂਸਟ ਬੋਲੀ ਜਾ ਰਿਹਾ ਤੋ ਹੋਰ ਪਰ ਕਿਸਮਤੀ ਵਾਲੀ ਕੀ ਗੱਲ ਹੈ ਕਿ ਇਹਦਾ ਮਤਲਬ ਕਿ ਇਹ ਨਾ ਸੀਰੀਅਸ ਹੈ ਪਤਾ ਨਹੀਂ ਕਿਉਂ ਕਿਹੜੀ ਮਜਬੂਰੀ ਚ ਇਹਨੇ ਇਲੈਕਸ਼ਨ ਲੜੀ ਆ ਉਹਦੇ ਬਾਰੇ ਮੈਨੂੰ ਨਹੀਂ ਪਤਾ ਤੋਂ ਸਭ ਕੇਂਦਰ ਸਰਕਾਰ ਖਿਲਾਫ ਜੋ ਗੁੱਸਾ ਹੈ ਸੋ ਹੈ ਕਿਸਾਨਾਂ ਦਾ ਕਿਸਾਨਾਂ ਦਾ ਗੁੱਸਾ ਹੁਣ ਪੰਜਾਬ ਸਰਕਾਰ ਖਿਲਾਫ ਵੀ ਆਜ ਪ੍ਰਦਰਸ਼ਨ ਕਰ ਰਹੇ ਨੇ ਗੁਰਦਾਸਪੁਰ ਦੇ ਵਿੱਚ ਕਹਿ ਰਹੇ ਨੇ ਕਿ ਪੰਜਾਬ ਸਰਕਾਰ ਗੰਨੇ ਦੀ ਕੀਮਤ ਨਹੀਂ ਦਿੰਦੀ ਗੰਨੇ ਦੀ ਫਸਲ ਦਾ ਐਮਐਸਪੀ ਦਾ ਜਿਹੜਾ ਰੋਲਾ ਉਹ ਵੀ ਚੱਲ ਰਿਹਾ ਤਾਂ ਉਹ ਕਿਸਾਨਾਂ ਦਾ ਕਿਤੇ ਨਾ ਕਿਤੇ ਗੁੱਸਾ ਜਿਹੜਾ ਪੰਜਾਬ ਸਰਕਾਰ ਦੇ ਖਿਲਾਫ ਵੀ ਹੈ ਇਹ ਪਹਿਲੀ ਗੱਲ ਤੋਂ ਜਿਹੜੇ ਉੱਥੇ ਬੈਠੇ ਹਨ ਉਹਨਾਂ ਨੂੰ ਇਹ ਪੁੱਛਣਾ ਚਾਹੁੰਦਾ ਕਿ ਅੱਜ ਪੰਜਾਬ ਦੀਆਂ ਸਾਰੀਆਂ ਕਿਸਾਨ ਯੂਨੀਅਨਸ ਦਿੱਲੀ ਗਈਆਂ ਇਹ ਪੰਜਾਬ ਦੇ ਵਿੱਚ ਕਿਉਂ ਬੈਠੇ ਨੇ ਕਿਉਂਕਿ ਇਹ ਇਸ ਲਈ ਬੈਠੇ ਕਿ ਗਵਰਨਮੈਂਟ ਆਫ ਇੰਡੀਆ ਨੂੰ ਇਹ ਦੱਸਣਾ ਚਾਹੁੰਦੇ ਕਿ ਯੂਨੀਅਨਸ ਪੰਜਾਬ ਚ ਖਿਲਰ ਰੀਆਂ ਨੇ ਖਿੰਡੀਆਂ ਨੇ ਕਿ ਅਸੀਂ ਇਹਨਾਂ ਨੂੰ ਅੱਜ ਇੱਕ ਯੂਨਾਈਟਿਡ ਫੇਸ ਦਿਖਾਉਣਾ ਚਾਹੀਦਾ ਸੀ ਉਥੇ ਦੱਸਣਾ ਚਾਹੀਦਾ ਕਿ ਹਰ ਯੂਨੀਅਨ ਅਸੀਂ ਪੰਜਾਬ ਲਈ ਅਸੀਂ ਆਪਣੇ ਇੰਡੀਵਿਜੂਅਲ ਕਮਾ ਲਈ ਨਹੀਂ ਮੇਰਾ ਖਿਆਲ ਕਿ ਇਹਨਾਂ ਨੇ ਅੱਜ ਪੰਜਾਬ ਦੀ ਕਿਸਾਨੀ ਦੀ ਜਿਹੜੀ ਡਿਮਾਂਡ ਚ ਛੱਡ ਕੇ ਤੇ ਇੱਕ ਮਿਲ ਦੇ ਅੱਗੇ ਧਰਨਾ ਲਾਉਣਾ ਮਿਲ ਦੇ ਕਿ ਠੀਕ ਹੈ ਉਹਨਾਂ ਨੂੰ ਪੈਸੇ ਦੇਣੇ ਚਾਹੀਦੇ ਪਰ ਗਵਰਨਮੈਂਟ ਆਫ ਇੰਡੀਆ ਨੂੰ ਅੱਜ ਦਾ ਦਿਨ ਹੀ ਕਿਉਂ ਇਹਨਾਂ ਨੇ ਚੁਣਿਆ ਇਹ 13:00 ਤੇ 14 ਕਰ ਸਕਦੇ ਸੀ ਅੱਜ ਨੂੰ ਚਾਹੀਦਾ ਸੀ ਕਿ ਅਸੀਂ ਪੰਜਾਬ ਦੇ ਕਿਸਾਨਾਂ ਲਈ ਖੜੇ ਹਾਂ ਅਸੀਂ ਪੰਜਾਬ ਦੀ ਕਿਸਾਨੀ ਦੇ ਨਾਲ ਖੜੇ ਹਾਂ ਅਸੀਂ ਕਾਲੇ ਕਾਨੂੰਨਾਂ ਦੇ ਨਾਲ ਖੜੇ ਹਾਂ ਇਹ ਚੀਜ਼ ਆਉਣੀ ਚਾਹੀਦੀ ਜਿਹੜੀ ਮੈਂ ਦੂਸਰੀ ਜਿਹੜੀ ਐਮਐਸਪੀ ਦੀ ਗੱਲ ਕਰ ਐਮਐਸਪੀ ਦੀ ਤੇ ਇਹਨਾਂ ਦੀ ਲੜਾਈ ਆ ਕਿ ਗਵਰਨਮੈਂਟ ਆਫ ਇੰਡੀਆ ਐਮਐਸਪੀ ਖਤਮ ਕਰਨਾ ਚਾਹੁੰਦੀ ਹੈ ਤੇ ਅਸੀਂ ਕਿ ਨਹੀਂ ਐਮਐਸਪੀ ਖਤਮ ਨਹੀਂ ਹੋਣ ਦੇਣੀ ਇਹ ਧਰਨਾ ਚੁੱਕ ਕੇ ਦਿੱਲੀ ਲਾਉਣ ਉੱਥੇ ਗਵਰਨਮੈਂਟ ਆਫ ਇੰਡੀਆ ਨੂੰ ਕਹਿਣ ਕਿ ਗੰਨੇ ਦੇ ਉੱਤੇ ਐਮਐਸਪੀ ਜਿਹੜੀ ਆ ਜਲਦੀ ਵਧਾਈ ਜਾਵੇ ਤੇ ਜਿਹੜੀ ਕਹਾਣੀ ਨਾਲ ਹੀ ਇਹਨਾਂ ਨੂੰ ਕਹਿਣਾ ਚਾਹਦਾ ਕਿ ਗੰਨੇ ਦੀ پیداوار ਕਿਵੇਂ ਵਧਾਈ ਜਾਣੀ ਹੈ ਇਹਨਾਂ ਚੀਜ਼ਾਂ ਨੂੰ ਕਰੋ ਕਿ ਜਿਹੜਾ ਇਹੋ ਹੀ ਗੱਲਾਂ ਕਰਕੇ ਕਿ 5 ਰੁਪਏ ਵਧਾ ਦਿਓ 2 ਰੁਪਏ ਵਧਾ ਦਿਓ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਜੇ ਥੋੜੀ ਜਿਹੀ ਵੀ ਸੋਚੀ ਰੱਖਦੇ ਹੋ ਤੇ ਪੰਜਾਬ ਸਰਕਾਰ ਦੇ ਵੀ ਗੱਲ ਪਾਓ ਤੇ ਗਵਰਨਮੈਂਟ ਆਫ ਇੰਡੀਆ ਦੇ ਵੀ ਗੱਲ ਪਾਓ ਕਿ ਇੱਥੇ ਰਿਸਰਚ ਸੈਂਟਰ ਬਣਾਏ ਜਾਣ ਉਹ ਅਸੀਂ ਕਲਾਂਗੁਰ ਦੇ ਵਿੱਚ ਰਿਸਰਚ ਸੈਂਟਰ 17 ਨੂੰ ਸਾਡੀ ਮੀਟਿੰਗ ਹੈ ਡਾਇਰੈਕਟਰ ਰੱਖਣ ਜਾ ਰਹੇ ਹਾਂ ਸੋ ਰਿਸਰਚ ਸੈਂਟਰ ਜਿਹੜੇ ਬਣਾਏ ਜਾਣ ਤਾ ਕਿ ਜਿਹੜੀ 2.5 ਕੁਇੰਟਲ ਤੋਂ ਵੱਧ ਸਾਡਾ ਝਾੜ ਨਹੀਂ ਆ ਰਿਹਾ ਤੇ ਅਸੀਂ ਇਹਨੂੰ 500 ਕੁਇੰਟਲ ਤੇ ਲੈ ਕੇ ਕਿਵੇਂ ਜਾਣਾ ਮੈਂ ਇਹਨਾਂ ਨੂੰ ਕਹਿਣਾ ਚਾਹੁੰਨਾ ਕਿ 5 ਰੁਪਏ ਜਾਂ 10 ਰੁਪਏ ਵਧਾਉਣਾ ਆਪਾਂ 2500 ਕੇ ਰੇ ਦੀ ਕੀਮਤ ਵਾ ਦੇਗੀ ਤੇ ਜੇ ਅਸੀਂ 100 ਕੁਇੰਟਲ ਗੰਨੇ ਦਾ ਝਾੜ ਵਧਾ ਦਿੰਦੇ ਆ ਤੇ ਅਸੀਂ 30 ਤੋਂ 35000 ਰੁਪਏ ਕਿਸਾਨ ਦੀ ਜੇਬ ਚ ਐਕਸਟਰਾ ਪਾਉਂਦੇ ਆ ਸਾਨੂੰ ਅੱਜ ਸੈਂਟੀਫਿਕ ਤਰੀਕੇ ਨਾਲ ਚੱਲਣਾ ਪਏਗਾ ਇਦਾਂ ਕਰਕੇ ਪੰਜਾਬ ਦੇ ਕਿਸਾਨੇ ਨੂੰ ਖਤਮ ਕਰਨ ਦੀ بجائے ਕਿਸਾਨਾਂ ਦੇ ਨਾਲ ਇਹਨਾਂ ਨੂੰ ਖੜ੍ਹਾ ਹੋਣਾ ਚਾਹੀਦਾ ਹੈ। ਦਾਵਾ ਸਾਹਿਬ ਮੇਰਾ ਆਖਰੀ ਸਵਾਲ ਤੁਸੀਂ ਕਿਹਾ ਕਿ ਦਿੱਲੀ ਜਾ ਕੇ ਪ੍ਰਦਰਸ਼ਨ ਕਰਨ ਕਿਸਾਨ ਦਿੱਲੀ ਜਾ ਕੇ 26 27 ਨਵੰਬਰ ਨੂੰ ਪ੍ਰਦਰਸ਼ਨ ਕਰਨਾ ਚਾਹੁੰਦੇ ਸੀ। ਦਿੱਲੀ ਪੁਲਿਸ ਨੇ ਇਜਾਜ਼ਤ ਤੇ ਨਿਤਿੰਦ ਦੇ ਕਹਿੰਦੇ ਕਰੋਨਾ ਮਹਾਮਾਰੀ ਬਹੁਤ ਵੱਧ ਗਈ। ਸਿੱਧਾ ਜਵਾਬ। ਦੇਖੋ ਗੱਲ ਸੁਣੋ। ਕੈਪਟਨ ਬ੍ਰਿੰਦਰ ਸਿੰਘ ਵੀ ਕਹੇ ਇਹਦਾ ਮਤਲਬ ਇਜਾਜ਼ਤ ਲੈ ਕੇ ਪੰਜਾਬ ਦੇ ਵਿੱਚ ਅਸੀਂ ਇਹਦਾ ਮਤਲਬ ਗਲਤ ਕਰ ਰਹੇ ਹਾਂ ਜਿਹੜੀ ਇਜਾਜ਼ਤ ਦਿੱਤੀ ਆ। ਪੰਜਾਬ ਦੇ ਵਿੱਚ ਵੀ ਉਹੀ ਕਰੋਨਾ ਜੋ ਦਿੱਲੀ ਦੇ ਵਿੱਚ ਹੈ। ਇਹਦਾ ਮਤਲਬ ਕਿ ਇਹ ਉਥੋਂ ਡਰਦੇ ਨੇ ਫਿਰ ਉਥੋਂ ਜਾਣਾ। ਤੇ ਸਾਨੂੰ ਨਾਲ ਇਜਾਜ਼ਤ ਨਹੀਂ ਦਿੱਤੀ ਪੰਜਾਬ ਜੋ ਕਾਨੂੰਨ ਜੋ ਪ੍ਰੋਟੋਕੋਲ ਦਿੱਲੀ ਦੇ ਵਿੱਚ ਹੈ ਉਹ ਪ੍ਰੋਟੋਕੋਲ ਸਾਡੇ ਕੋਲ ਇੱਥੇ ਹੈ ਤੇ ਮੈਂ ਨਾਲੇ ਪੁੱਛਣਾ ਚਾਹੁੰਦਾ ਆਪ ਵਾਲਿਆਂ ਨੂੰ ਕਿ ਚੀਫ ਮਿਨਿਸਟਰ ਉਹਨਾਂ ਦਾ ਉਹਨਾਂ ਦਾ ਚੀਫ ਮਿਨਿਸਟਰ ਕਿੱਦਾਂ ਰੋਕ ਸਕਦਾ ਇਹ ਕਿੰਨੇ ਕਿਸਾਨਤ ਹੈ ਜੀ ਕਿੰਨੇ ਦਿੱਲੀ ਪੁਲਿਸ ਨੇ ਰੋਕਿਆ ਚੀਫ ਦਿੱਲੀ ਪੁਲਿਸ ਵੇਖੋ ਜੇ ਉਥੋਂ ਦੀ ਗਵਰਨਮੈਂਟ ਚਾਹੀ ਗਵਰਨਮੈਂਟ ਸੈਂਟਰ ਦੇ ਅੰਦਰ ਗਵਰਨਮੈਂਟ ਉੱਥੇ ਗਵਰਨਮੈਂਟ ਇੰਡੀਪੈਂਡੈਂਟ ਗਵਰਨਮੈਂਟ ਹੈ ਪੁਲਿਸ ਉਥੋਂ ਦੀ ਗਵਰਨਮੈਂਟ ਆਫ ਇੰਡੀਆ ਉਹਨਾਂ ਦੇ ਅੰਦਰ ਹੈ ਪੁਲਿਸ ਉਥਾ ਦਾ ਲੌਂਡਰ ਆਰਡਰ ਦਿੱਲੀ ਦੇ ਵਿੱਚ ਹੈ ਗਵਰਨਮੈਂਟ ਕੋਲ ਪਰ ਉਥੋਂ ਦੇ ਦੂਸਰੇ ਪ੍ਰੋਟੋਕੋਲ ਤੇ ਨਹੀਂ ਹੁੰਦੇ ਜਿਹੜੇ ਹੋਰ ਕੋਈ ਮੀਟਿੰਗਸ ਕਰਦੇ ਨੇ ਉਹ ਤੇ ਨਹੀਂ ਹੁੰਦੇ ਉਥੇ ਕੇਜਰੀਵਾਲ ਨਹੀਂ ਕਰਨਾ ਇਹ ਕਰਕੇ ਇਹਨਾਂ ਨੂੰ ਸਾਰੀਆਂ ਪਾਰਟੀਆਂ ਨੂੰ ਇਕੱਠੇ ਹੋ ਕੇ ਉਥੇ ਦਿੱਲੀ 'ਚ ਸਾਨੂੰ ਜਾ ਕੇ ਪ੍ਰਦਰਸ਼ਨ ਕਰਨੇ ਪੈਣਗੇ ਜਿਹੜੀ ਅੰਨੀ ਬੋਲੀ ਸਰਕਾਰ ਦਿੱਲੀ 'ਚ ਬੈਠੀ ਹੈ ਉਹਦੇ ਕੰਨ ਖੋਲਣੇ ਸਾਨੂੰ ਸਾਰਿਆਂ ਨੂੰ ਇਕੱਠੇ ਬੈਠ ਕੇ ਤਾਂ ਇਹਨੇ ਸੁਖਿੰਦਰ ਅੰਦਾਵਾ ਜੋ ਕਿ ਸਿੱਧੇ ਤੌਰ ਤੇ ਕਿਸਾਨਾਂ ਨੂੰ ਵੀ ਸਲਾਹ ਦੇ ਰਹੇ ਨੇ ਕਿ ਦਿੱਲੀ ਜਾ ਕੇ ਪ੍ਰਦਰਸ਼ਨ ਕਰਨਾ ਚਾਹੀਦਾ ਤੇ ਦਿੱਲੀ ਸਰਕਾਰ ਤੇ ਪ੍ਰੈਸ਼ਰ ਬਣਾਉਣਾ ਚਾਹੀਦਾ ਤਾਂ ਕਿ ਜਿਹੜੇ ਕਿਸਾਨ ਮਤ ਜਿਹੜੇ ਖੇਤੀਬਾੜੀ ਬਿੱਲ ਹੈ ਇਹਨਾਂ ਨੂੰ ਵਾਪਸ ਲਾਵੇ ਕੇਂਦਰ ਸਰਕਾਰ ਅਤੇ ਨਾਲ ਹੀ ਨਾਲ ਜੋ ਗੰਨੇ ਦੀ ਰਕਮ ਹੈ ਉਹ ਵੀ ਦਿੱਲੀ ਸਰਕਾਰ ਅਦਾ ਕਰੇ ਪੰਜਾਬ ਸਰਕਾਰ ਕਿਸਾਨਾਂ ਨੂੰ ਡਿਸਟ੍ਰਿਬਿਊਟ ਕਰੇ ਕੈਮਰਾਮੈਨ ਦੀਪਕ ਤੇ ਅਨਾਲ ਰਵਿੰਦਰ ਸਿੰਘ ਤਾਨਕਸੁਰਾ ਟੀਵੀ ਚੰਡੀਗੜ੍ਹ 올 वर्ल्ड ओपन ਚੈਲੰਜ 17 ਟਾਈਮ ਗੋਲਡ ਮੈਡਲਿਸਟ ਮੀਆਂ रफीक मोहम्मद ਪੰਡਿਤ ਮੌਲਵੀ ਬੇਗਮ ਤਾਂਤਰਿਕ ਇਹਨਾਂ ਚੋਰਾ ਠੱਗਾ ਤੋਂ ਸਾਵਧਾਨ ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਵ ਮੈਰਿਜ पत्नी अन्बन विदेश पक्का होना कारोबार का ना चलना सिर्फ इकती घंटिया फ्री 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 मिया रफीक मोहम्मद मोबाइल चौरासी तीन सौ चुहत्तर चोरानवे छे सौ संताली चौरासी तीन सौ चुहत्तर चोरानवे छह सौ अड़ताली